नमस्कार मैं तनु बौद्ध प्राइम न्यूज ट्वेंटी में आपका स्वागत है मोदी सरकार और अकाली दल को नवजोत सिंह सिद्धू शोले फिल्म के गब्बर जैसे लगते हैं वे सभी पुलवामा बयान को लेकर सिद्धू को घेरने में लगे हुए हैं सिद्धू की भावनाओं को भी समझना चाहिए ऐसा कहना है कांग्रेस के पंजाब अध्यक्ष और सांसद सुनील जाखड़ का जो कि बटाला में चल रहे करोड़ों के विकास कार्यों का जायजा लेने पहुंचे हुए थे इस मौके पर उनके साथ तृप्त राजेंद्र बाजवा भी मौजूद रहे ਮਕਸਦ ਸਿਰਫ ਇਤਿਹਦਾ ਨਹੀਂ ਜਿਹੜੇ ਮਕਸਦ ਨਾਲ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਨੂੰ ਦੋ ਤਿਆਹੀ ਬਹੁਮਤ ਦਿੱਤਾ ਸੀਗਾ ਡਿਵੈਲਪਮੈਂਟ ਵਾਸਤੇ ਦਿੱਤਾ ਸੀ ਕੰਮਾਂ ਵਾਸਤੇ ਦਿੱਤਾ ਸੀ ਉਸ ਕੰਮ ਦਾ ਜਿਹੜਾ ਸਿਲਸਿਲਾ ਚਾਲੂ ਹੈ ਉਹਨੂੰ ਲੈ ਕੇ ਅੱਜ ਬਟਾਲੇ ਸ਼ਹਿਰ ਦਾ ਜਿਹੜਾ ਬੜੀ ਭਾਰੀ ਸਮੱਸਿਆ ਇੱਥੇ ਹੈਗੀ ਲੋਕਾਂ ਨੂੰ ਬਸ਼ਿੰਦਿਆਂ ਨੂੰ ਉਹਨੂੰ ਦੂਰ ਕਰਨ ਵਾਸਤੇ ਜਿਹੜੇ ਉਪਰਾਲੇ ਚੱਲ ਰਹੇ ਆ ਉਹਨਾਂ ਦੇ ਵਾਸਤੇ ਚਾਹੀਦੇ ਜਿੱਦਾਂ ਵੀ ਕਾਂਗਰਸ ਸਰਕਾਰ ਨੇ ਜੋ ਜੋ ਵਾਅਦੇ ਕੀਤੇ ਸਭ ਸਮੇਂ ਲੱਗਦਾ ਹੈ ਜੇ ਅਸੀਂ ਮੋਦੀ ਸਾਹਿਬ ਵਾਂਗੂ ਐਵੇਂ ਧੜੀ ਤੇ ਸਰਸੋਂ ਜਮਾਣੀ ਹੋਵੇ ਵੀ ਅੱਛੇ ਦਿਨ ਆਏਗੇ ਤਾਂ ਫਿਰ ਮੋਬਾਈਲ ਵੀ ਆ ਗਏ ਕੰਮ ਤਾਂ ਪੈਸੇ ਦਾ ਕੰਮ ਪੈਸੇ ਨਾਲ ਹੋਣਾ ਹੈ ਟੈਂਡਰ ਲੱਗ ਚੁੱਕੇ ਆ ਮੋਬਾਈਲ ਵੀ ਆ ਜਾਣਗੇ ਸਾਬ ਜਿਹੜੇ ਕਰਜ਼ਾ ਮਾਫੀ ਦੇ ਕੈਸ਼ ਕਰਜ਼ਾ ਮਾਫੀ ਵੀ ਚੱਲ ਰਿਹਾ ਹੈ ਡਿਵੈਲਪਮੈਂਟ ਦਾ ਕੈਸ਼ ਹੈ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਹੈ ਸੜਕ ਦੀ ਗੱਲ ਕੀਤੀ ਆ ਮੇਰੇ ਘਰ ਚ ਇੱਥੇ ਮਲਬਿਆਂ ਤੁਸੀਂ ਦੇਖ ਰਹੇ ਹੋ ਸਿਮਿੰਟ ਦੀ ਸੜਕ ਬਣ ਰਹੀ ਹੈ ਸੋ ਆਈ ਥਿੰਕ ਸਰਕਾਰ ਜਿਹੜਾ ਹੈ ਆਪਣੇ ਤਰੀਕੇ ਨਾਲ ਕੰਮ ਕਰ ਰਹੀ ਹੈ ਲੋਕ 10 ਸਾਲਾਂ ਤੋਂ ਐਸੇ ਨਰਕ ਚ ਰਹਿ ਰਹੇ ਸੀਗੇ ਉਹਨਾਂ ਦੀ ਵੀ ਪਰੇਸ਼ਾਨੀਆਂ ਸਮਝਦੇ ਹਾਂ ਉਹਨਾਂ ਵਾਸਤੇ ਇੱਕ ਇੱਕ ਦਿਨ ਭਾਰੀ ਹੈ ਪਰ ਸਮਾਂ ਜਿਹੜਾ ਲੱਗ ਰਿਹਾ ਜਿੰਨਾ ਕਸੀਂ ਕੋਸ਼ਿਸ਼ ਕਰਕੇ ਛੇਤੀ ਤੋਂ ਛੇਤੀ ਸਾਰੇ ਕੰਮ ਕਰਵਾਉਣ ਦਾ ਪ੍ਰਯਾਸ ਕਰ ਰਹੇ ਹਾਂ ਦੇਖੋ ਸਭ ਤੋਂ ਵੱਡੀ ਗੱਲ ਹੈ ਨਵਜੋਤ ਸਿੰਘ ਸਿੱਧੂ ਅਕਾਲੀਆਂ ਨੂੰ ਤੇ ਭਾਜਪੀ ਨੂੰ ਇੱਥੇ ਇਕੱਲੇ ਇੱਥੇ ਵਾਲੇ ਪੰਜਾਬ ਵਾਲਿਆਂ ਨੂੰ ਨਹੀਂ ਮੋਦੀ ਸਾਹਿਬ ਨੂੰ ਇੱਕ ਹੱਵਾ ਲੱਗਦਾ ਕਹਿੰਦੇ ਕਹਿੰਦਾ ਜਿਵੇਂ ਉਹ ਗੱਬਰ ਸਿੰਘ ਨੂੰ ਕਹਿੰਦੇ ਸੀ ਨੇ ਸੋ ਜਾ ਨਹੀਂ ਤੋ ਗੱਬਰ ਸਿੰਘ ਆ ਜਾਏਗਾ ਉਹਨਾਂ ਨੂੰ ਐਂ ਲੱਗਦਾ ਵੀ ਤੁਸੀਂ ਨਵਜੋਤ ਸਿੱਧੂ ਆ ਜਾਏਗਾ ਸਾਰੇ ਲੋਕ ਨਵਜੋਤ ਸਿੱਧੂ ਦੇ ਪਏ ਉਹਦੀ ਭਾਵਨਾ ਦੀ ਦੇਖੋ ਉਹਦੀ ਭਾਵਨਾ ਮੈਂ ਸਮਝਦਾ ਹਾਂ ਵੀ ਹਰੇਕ ਹਿੰਦੁਸਤਾਨੀ ਅੱਜ ਜਿਹੜੇ ਸਾਡੇ ਫੌਜੀਆਂ ਨਾਲ ਉਤੇ ਹੋਇਆ ਪਹਿਲਾਂ 40 ਸ਼ਹੀਦ ਹੋਏ ਜੇ ਕੱਲ ਕਿਸੇ ਵੀ ਇੱਕ ਫੌਜੀ ਵੀ ਸਾਡਾ ਸ਼ਹੀਦ ਹੁੰਦਾ ਹੈ ਉਹਦੇ ਵਾਸਤੇ ਸਾਡੀ ਸਾਰਿਆਂ ਦੀ ਭਾਵਨਾ ਹੈ ਆ ਜਿਹੜਾ ਫੈਸਲਾ ਹੈ ਕਾਂਗਰਸ ਹਾਈ ਕਮਾਂਡ ਨੇ ਨਾ ਸੁਨੀਲ ਜਾਖੜ ਦੇ ਕਹਿਣ ਨਾਲ ਹੋਣਾ ਨਾ ਨਵਜੋਤ ਸਿੱਧੂ ਦੇ ਨਾਲ ਕਹਿਣ ਹੋਣਾ ਪਰ ਰਾਹੁਲ ਗਾਂਧੀ ਜੀ ਨੇ ਦਿੱਤਾ ਵੀ ਸਾਰੇ ਅਖਤਿਆਰ ਸਾਡੀ ਹਿੰਦੁਸਤਾਨ ਦੀ ਸਰਕਾਰ ਮੋਦੀ ਸਾਹਿਬ ਦੇ ਨਾਲ ਸਾਡੇ ਰਾਜਨੀਤਿਕ ਵਿਰੋਧ ਹੈ ਪਰ ਕਿਉਂਕਿ ਇਕੱਲੇ ਬੀਜੇਪੀ ਦੇ ਪ੍ਰਧਾਨ ਮੰਤਰੀ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਹੈ ਦੇਸ਼ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਜੋ ਵੀ ਫੈਸਲਾ ਲੈਣਗੇ ਅਸੀਂ ਨਾਲ ਖੜੇ ਹਾਂ ਪਰ ਇੱਕ ਗੱਲ ਹੈ ਮੈਂ ਆਪਣੇ ਤੌਰ ਤੇ ਰਾਹੁਲ ਗਾਂਧੀ ਜੀ ਨਹੀਂ ਕਿਹਾ ਪਰ ਮੈਂ ਕਹਿ ਰਿਹਾ ਦੇਸ਼ ਦੀ ਸੁਰੱਖਿਆ ਨੂੰ ਸਾਹਮਣੇ ਰੱਖ ਕੇ ਫੈਸਲਾ ਲੈਣ اپنی کرسی بچانے ਦਾ ਕੋ ਫੈਸਲਾ ਨਾ ਲੈ ਸਰ ਪੁਰਵ ਆਰਮੀ چیف ਜਿਹੜੇ ਵਿਨ ਪਟਨਕਰ ਜੀ ਨੇ ਉਹਨਾਂ ਨੇ ਵੀ ਕਿਹਾ ਕਿ ਠੋਸ ਨੀਤੀ ਬਣਾਨੀ ਚਾਹੀਦੀ ਰਾਸ਼ਟਰੀ ਸੁਰੱਖਿਆ ਨੂੰ ਦੇਖੋ ਸਾਹਿਬ ਮੈਂ ਇਹ ਕਹਿ ਰਿਹਾ ਵੀ ਠੋਸ ਨੀਤੀ ਚਾਹੀਦੀ ਹੈ ਵੋਟਾਂ ਵਾਸਤੇ ਨਾ ਫੈਸਲੇ ਲੈਣ ਲੱਗ ਜਾਣ ਕਿਉਂਕਿ ਅਗਰ ਅਸੀਂ ਇਹਨਾਂ ਦਾ 5 ਸਾਲ ਦਾ ਪਿਛੋਕੜ ਦੇਖੀਏ بی جے پی ਸਰਕਾਰ ਦਾ ਇਹਨਾਂ ਨੇ ਦੇਸ਼ ਦੇ ਹਿੱਤ ਚ ਫੈਸਲੇ ਨਹੀਂ ਲਏ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਸੀਟਾਂ ਜਿੱਤਣ ਵਾਸਤੇ ਅੱਜ ਸੀਟ ਜਿੱਤਣ ਦਾ ਮਸਲਾ ਨਹੀਂ ਅੱਜ ਦੇਸ਼ ਬਚਾਉਣ ਦਾ ਮਸਲਾ ਹੈ ਇਸ ਕਰਕੇ ਮੇਰੀ ਅਪੀਲ ਹਰ ਤਜੋੜ ਕੇ ਭਾਜਪੀ ਦੇ ਹਕਮਰਾਨ ਨੂੰ ਖਾਸ ਤੌਰ ਤੇ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਅੱਜ ਦੇ ਦਿਨ ਕੁਰਸੀ ਦਾ ਲਾਲਚ ਛੱਡੋ ਤੇ ਦੇਸ਼ ਦੀ ਗੱਲ ਕਰੋ ਬਟਾਲਾ ਮੈਂ ਲੋਕਾਂ ਦੀ ਮੰਗ ਕੇ ਅਨੁਸਾਰ ਪੰਜਾਬ ਸਰਕਾਰ ਦੁਆਰਾ ਕਰਾਏ ਜਾ ਰਹੇ ਕਰੋਨਾ ਕੀ ਵਿਕਾਸ ਕਾਰਜਾਂ ਉਪਰ ਜਾਇਜ਼ਾ ਲੈਣੇ ਸੰਸਦ ਸੁਨੀਲ ਜਾਖੜ ਬਟਾਲਾ ਪਹੁੰਚੇ इस मौके पर जाखड़ ने कहा कि जिस मकसद से पंजाब के लोगों ने कांग्रेस को पंजाब में बहुमत दिया था उसी के तहत कांग्रेस सरकार को कांग्रेस सरकार के द्वारा विकास कार्य करवाए जा रहे हैं और सभी कार्य पैसों से होने हैं और जल्द ही स्मार्टफोन समेत सभी कार्य किए जाएंगे वहीं नवजोत सिंह सिद्धू पर बोलते हुए जाखड़ सिद्धू को भाजपा व अकाली दल के लिए शोले फिल्म का गब्बर कहते हैं उनका कहना है कि जैसे गब्बर ने कहा था कि सो जा नहीं तो गब्बर आ जाएगा वैसे ही यह कहते देख रहे हैं कि सो जा नहीं तो सिद्धू आ जाएगा जाखड़ का कहना है कि दोनों विरोधी पार्टियां सिद्धू को घेरने में लगी हैं लेकिन सिद्धू के पुलवामा बयान के पीछे सिद्धू की भावना को समझने की जरूरत है वहीं जाखड़ ने कहा कि राहुल गांधी ने पहले ही कहा था कि पुलवामा हमले पर केंद्र सरकार जो फैसला लेगी हम उस फैसले में उनके साथ खड़े हैं क्योंकि सरकार देश की सुरक्षा को लेकर जो भी फैसला ले देश के लिए हम सभी उनके साथ हैं और मोदी कुर्सी का लालच छोड़कर देश के लिए देश की सुरक्षा के लिए कोई ठोस नीति अपनाएं ना कि कुर्सी की राजनीति करें प्राइम न्यूज ट्वेंटी के लिए बटाला से विकी मलिक की खास रिपोर्ट